ਵੀਡੀਓ ਬਣਾਉਂਦੀ ਆ। ਬੋਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਅੱਜ ਅਸੀਂ ਫਿਰ ਮਿਊਜ਼ਿਕ ਰੂਮ 'ਚ ਲਾਈਵ ਹੋਏ ਆ, ਲਾਈਵ ਨਹੀਂ ਹੋਏ ਸੱਚ, ਵੈਸੇ ਵੀਡੀਓ ਬਣਾ ਰਹੇ ਆ। ਅੱਜ ਆ ਜਿੰਨੇ ਵੀ ਬੱਚੇ ਬੈਠੇ ਨਾ, ਵੱਡੇ ਵੱਡੇ ਨਿੱਕੇ ਨਿੱਕੇ, ਵੈਸੇ ਤਾਂ ਨਿੱਕੇ ਨਿੱਕੇ ਹੀ ਆ ਸਾਰੇ, ਤੇ ਇਹਨਾਂ ਕੋਲ ਆਪਾਂ ਫਿਰ ਸਵਾਲ ਪੁੱਛਣਾ ਵੇਖ ਲਓ। ਲਓ ਵੀ ਬੱਚਿਓ, ਸਵਾਲ ਧਿਆਨ ਨਾਲ ਸੁਣਿਆ ਤਾਂ ਉਹਦਾ ਜਵਾਬ ਦਿਓ। ਉਹ ਕਿਹੜੀ ਚੀਜ਼ ਆ ਜਿਹੜੀ ਪਾਣੀ 'ਚ ਪੈ ਕੇ ਵੀ ਗਿੱਲੀ ਨਹੀਂ ਹੁੰਦੀ? ਠੀਕ ਆ, ਜਿਹੜੀ ਪਾਣੀ 'ਚ ਪੈ ਕੇ ਵੀ ਗਿੱਲੀ ਨਹੀਂ। ਇਹਨੂੰ ਇਹਨੂੰ ਇੱਕ ਔਰ ਕੋ ਪੁੱਛ ਲਾਂਗੇ, ਤੈਨੂੰ ਪੁੱਛਿਆ ਪਹਿਲਾਂ ਔਰਨੂੰ ਪੁੱਛ ਲਓ ਜੀ, ਪਰਛਾਵਾਂ। ਠੀਕ ਆ ਠੀਕ ਆ ਇਹ ਹਾਂਜੀ, ਉਹ ਕਿਹੜੀ ਚੀਜ਼ ਆ ਜਿਹੜੀ ਫਰਿੱਜ 'ਚ ਹੋਵੇ ਤਾਂ ਵੀ ਗਰਮ ਹੁੰਦੀ ਆ, ਜਿਹਨੂੰ ਪਤਾ ਉਹਨੇ ਹੱਥ ਖੜਾ ਕਰਕੇ ਦੱਸਣਾ? ਤੂੰ ਤਾਂ ਫੋਟੋ 'ਚ ਨਹੀਂ ਆਉਂਦਾ, ਤੂੰ ਦੱਸਣਾ ਕੀ ਆ? ਆਉਂਦਾ ਕਿ ਇਹਨੂੰ ਹੋਰ? ਹਾਂਜੀ ਨਹੀਂ, ਬੱਤੀ ਫਰਿੱਜ ਨਹੀਂ, ਫਰਿੱਜ ਬੱਤੀ ਨਾਲ ਚੱਲਦੀ ਕਮਲੀਏ। ਹਾਂਜੀ ਹਾਂ, ਹੋਰ ਕਿਹਨੂੰ ਪਤਾ? ਗਰਮ ਮਸਾਲਾ। ਪੰਜਾਬ ਦੀ ਰਾਜਧਾਨੀ ਕਿਹੜੀ ਆ? ਆਹ ਵੇਖ ਲਓ, ਆਹ ਇਹਦਾ ਮੂੰਹ ਵੀ ਦਿੱਲੀ ਵਰਗਾ ਹੀ ਆ, ਉਹ ਆਗਰੇ ਵਾਲਾ ਵੇਖ ਲਓ, ਇਹ ਆਗਰੇ ਤੋਂ ਆਇਆ ਲੱਗਦਾ। ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ। ਜਿਹੜੀ ਪੰਜਾਬ ਦੀ ਮਾਂ ਖੇਡ ਹੈ ਉਹ ਕਿਹੜੀ ਭਲਾ? ਭਾਰਤ ਦੀ ਮਾਂ ਖੇਡ ਕਿਹੜੀ ਆ? ਹੋਕੀ ਆ। ਤੇ ਜਿਹੜਾ ਰਾਸ਼ਟਰ ਪੰਛੀ ਆ ਭਾਰਤ ਦਾ ਉਹ ਕੌਣ? ਹੈਂ, ਪੰਜਾਬੀ ਗੱਲ ਕਰੋ ਮੇਰੇ ਨਾਲ। ਭਾਰਤ ਦਾ ਰਾਸ਼ਟਰੀ ਪੰਛੀ ਮੋਰ ਆ। ਤੇ ਭਾਰਤ ਦਾ ਰਾਸ਼ਟਰ ਗਾਨ ਕਿਹੜਾ ਵਾ? ਇਹ ਕਿਹਨੇ ਲਿਖਿਆ ਸੀ? ਰਵਿੰਦਰ ਨਾਥ। ਠੀਕ ਆ ਹਾਂ, 6th ਕਲਾਸ। ਵਾਟ ਇਜ਼ ਦਾ ਫਾਰਮੂਲਾ ਆਫ ਸਮ ਆਫ ਕੁਆਡ੍ਰੀਲੇਟਰ? ਜਾਨੀ ਨਿਕਲੇ ਤੋਂ ਅੰਗਰੇਜ਼ਾਂ ਦੀ ਕੁੜੀ ਆ ਗਈ ਜੇ। ਵਾਟ ਇਜ਼ ਦਾ ਫਾਰਮੂਲਾ? ਇਹ ਸੀ ਜੀ ਮਿਊਜ਼ਿਕ ਰੂਮ ਦੇ ਵਿੱਚ ਰੌਣਕ, ਟਾਈਮ ਪਾਸ ਬੱਚਿਆਂ ਦਾ। ਇਹਦੇ ਵਿੱਚ ਬੱਚਿਆਂ ਨੂੰ ਕੁਝ ਵੀ ਪਹਿਲਾਂ ਨਹੀਂ ਦੱਸਿਆ ਗਿਆ ਕਿ ਤੁਸੀਂ ਆਹ ਬੋਲਣਾ ਆ ਬੋਲਣਾ, ਬਿਲਕੁਲ ਜੋ ਤੁਹਾਡੇ ਸਾਹਮਣੇ ਆ ਰਿਹਾ ਨੈਚੁਰਲੀ ਸਾਰਾ ਕੁਝ ਪੁੱਛਿਆ ਗਿਆ। ਅਤੇ ਸੋ ਕਿੱਦਾਂ ਦਾ ਲੱਗਾ ਦੱਸਿਓ ਜ਼ਰੂਰ, ਅਤੇ ਗਾਂਹ ਵੀ ਅਸੀਂ ਆ ਕੁਝ ਵੀਡੀਓ ਬਣਾਵਾਂਗੇ ਆਪਾਂ, ਤੁਹਾਡਾ ਪਿਆਰ ਮਿਲਦਾ ਰਿਹਾ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ ਸਾਰਿਆਂ ਦਾ।